वालेकुम गाइस क्या हाल है जी मैं हूँ जी आपके ऐसके सॉरी यार देर सवेर होगी माजरत लेकिन फिर भी ये वीडियो आपके लिए नहीं आपके लिए वीडियो बाद में आएगी ये वीडियो इस बेगैरत कटिया घटिया सस्ती तरीन औरत मिनाहल मलक करते मिनाहिल मलक दुनिया की आखिरी घटिया और बैैरत तरीन औरत है तू, बैैरत झूठी मकार फ्रॉडन बहुत सारे तेरे नाम हैं और ये सिर्फ ऐसे नाम नहीं है ये इन साबित होंगे ये वीडियो सिर्फ तेरे लिए तेरे पास चौबीस घंटे किधरे चौबीस घंटे चौबीस घंटों में देर बाद दो रास्ते हैं या एक इस मैटर को फॉरगेट कर खत्म कर खली बली कर फर्क रहा जो भी तूने कर लिया जो हो गया छोड़ मैं इस बात बहस में पढ़ता नहीं हूं या सच बोल ਕੀ ਕਤਕਾਰ ਸਚਾਈ ਦਾ ਸਾਹਮਣਾ ਕਰ ਜਾ ਐਫ ਆਈ ਆ ਜਾ ਆਪਣਾ ਅਸਲ ਮੋਬਾਈਲ ਦੇ ਉੱਤੇ ਆਪਣਾ ਅਸਲ ਵਟਸਐਪ ਦੇ ਦੋਦਾ ਦੋਤ ਪਾਣੀ ਦਾ ਪਾਣੀ ਹੋ ਜਾਏਗਾ ਕਿਹੜਾ ਸੱਚਾ ਹੈ ਤੇ ਕਿਹੜਾ ਝੂਠਾ ਹੈ ਸਾਈਬਰ ਕ੍ਰਾਈਮ ਅਸਲ ਚੀਜ਼ਾਂ ਪੁੱਛਾ ਜਾ ਕੇ ਫਰਲੂ ਜਾ ਕੇ ਮੋਬਾਈਲ ਲੈ ਆ ਕੇ ਉਹਨਾਂ ਨੂੰ ਦੇ ਦੇ यी ऐलो मोबाइल वो बेचारे लगे लग लगे रह लग रहा बिचो निकले क्वेश्चन दे ना ही ना सची सी ना वट्सअप को उड़ाया जी असल व्हाट्सएप असल मोबाइल तेरे जिंद आवामदार ने दे समझते तेन आ गई होनी तेरे को चौबी घंटे ने दे दे नहीं दे चौबी घंटे बाद ਮੇਰੇ ਕੋਲ ਤੇ ਡਿਟੇਲ ਨਾਲ ਪ੍ਰੂਫ ਨੇ ਡਿਟੇਲ ਦੇ ਨਾਲ ਪੂਰਾ ਪ੍ਰੂਫ ਪੂਰੇ ਸਬੂਤ ਬਲੱਡ ਪ੍ਰੂਫ ਦੇ ਨਾਲ ਹਰ ਸ਼ੈ ਮੈਂ ਸਾਹਮਣੇ ਲਿਆਂਵਾਂਗਾ ਮੈਨੂੰ ਚੈਨਲ ਰੱfte ਕੀਤੇ ਯੂਟਿਊਬਰ ਰੱfte ਕੀਤੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਨਾ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਕਿਹਾ ਨਹੀਂ ਵੇਟ ਕਰੋ ਲੇਕਿਨ ਜ਼ਿਆਦਾ ਖਮੋਸ਼ੀ ਨਾ और मेरे इस बन रही है लोग फिर वही तो औरत कार्ड जरा खेडनी होनी है और लोग मुझे ही गलत रॉन्ग साबित कर रहे हैं लेकिन ऐसा नहीं होगा मेरे पास तो सब सबूत है अल्लाह मेरे साथ है अल्लाह की तरफ से तेरे जानने वाले जिनके थ्रू तूने ये सब कुछ वायरल करवाया है वो सब मेरे साथ खुद कॉन्टेक्ट में आए उनकी मेहरबानी उनका एहसान उन्होंने मुझे प्रूफ के साथ सब कुछ दे दिया कि ये लो एस के भाई आपके साथ ये हुआ है ये ये मिनाएं ऐसे 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 सब खैर वो मैं बाद में कर लेंगे उसका मुश्किल नहीं है तेरे को चौबीस घंटे ने बगैर ते कटिया तरीन हो रहा ते तू सस्ती तरीन हो रहा ते मैं तेलो सही कह रहा हूँ घंटे चौबी घंटे दे या इस मैटर न कर दे ओके ਜਾਂ ਫਿਰ ਆਪਣਾ ਅਸਲ ਮੋਬਾਈਲ ਅਸਲ WhatsApp ਜਾ ਕੇ ਐਫ ਆਈ ਆਰ ਨੂੰ ਦੇ ਸਾਈਬਰ ਕ੍ਰਾਈਮ ਨੂੰ ਦੇ ਉਹ ਦੱਸਣਗੇ ਅਸਲ ਕੀ ਕਿ ਸਾਹਮਣੇ ਆ ਜਾਏਗੀ ਸਾਰਾ ਕੁਝ ਸਾਹਮਣੇ ਆ ਜਾਏਗਾ ਉਹ ਬਗੈਰਤ ਔਰਤ ਉਹ ਸਸਤੀ ਤਰੀਨ ਔਰਤ ਇਹ ਗਵਰਨਮੈਂਟ ਤੇਰਾ ਡੀਐਨਏ ਟੈਸਟ ਕਰਾਏ ਨਾ ਡੀਐਨਏ ਟੈਸਟ ਤੇ ਨਾਦਰਾ ਦਾ ਸਿਸਟਮ ਮਿਲ ਜਾਵੇ ਇੰਨੀ ਆਵਾਮ ਤੇ ਨਾਦਰਾ ਤੇ ਰਜਿਸਟਰ ਨਹੀਂ ਕਿ ਜਿਹਦੀ ਤੂੰ ਰਜਿਸਟਰਡ ਕੀਤੀ ਆਪਣੇ ਨਾਲ ਤੇਰੇ ਡੀਐਨਏ ਟੈਸਟ ਦੇ ਵਿੱਚ ਐਸੀ ਐਸੀ ਲਿਸਟਾ ਨਿਕਲਨ ਬਸ ਤੇ ਮੈਂ ਕੀ ਦੱਸਾਂ ਜਦੋਂ ਤਰ ਮੈਂ ਕਰ ਰਿਹਾ ਵਾ ਸੋਚੀ ਜਿਹਾ ਸੀ ਯਾਰ ਕਿਆ ਕਰੂੰ ਕਿਆ ਕਰੂੰ ਕੀ ਕਰਾਂ ਕੀ ਕਰਾਂ ਖਾਨਦਾਨਾ ਦੇ ਆਪਣੀ ਫੈਮਲੀਆ ਦੇ ਕਿਸੇ ਦੇ ਟਿਕਟੋਕ ਬੰਦ ਕਰਾ ਰਿਹਾ ਕਿਸੇ ਦਾ ਕੁਝ ਬੰਦ ਕਰਾ ਰਿਹਾ ਉਹ ਭਾਈ ਕੀ ਬੰਦ ਕਰਾਵਾਂ ਮੈਂ ਸਮਝਾਈਂਗੀ ਇਹ ਕੀ ਕੀਤਾ ਹੀ ਪਾਗਲ ਹੋ ਰहत ਏ ਦਮਾ ਖਰਾਬ ਹੈ ਤੇਰਾ ਜਾਹਲਤਰੀਨ ਔਰਤ ਘਟਿਆ ਤਰੀਨ ਔਰਤ ਹੈ ਤੂੰ 24 ਘੰਟੇ ਨੇ ਤੇਰੇ ਕੋ ਮੈਟਲ ਨੂੰ ਸੌਲਟ ਆਊਟ ਕਰ ਲੈ ਫੱਡਾ ਕਰਨੇ ਕਾਨੂੰਨੀ ਚੱਲ ਲੇਕਿਨ ਆਪਣਾ ਅਸਲ ਮੋਬਾਈਲ ਪਹਚਾ ਉਹ ਤੇ ਇਹ ਦੋ ਨੰਬਰ ਮੋਬਾਈਲ ਨਾ ਪਚਾ ਠੀਕ ਹੈ ਮੈਂ ਹੀ ਸੋਚਦਾ ਰਿਹਾ ਯਾਰ ਮੈਂ ਕੀ ਇੰਨਾ ਫੱਡਾ ਕਰਾਂ ਕੀ ਫੱਡਾ ਕਰਾਂ ਔਰਤ ਹੈ ਔਰਤ ਰ ਲੇਕਿਨ ਨਹੀਂ ਜਿਹੜੇ ਤੇਰੇ ਬੈਕਅਪ ਚ ਮਰਦ ਹਜ਼ਰਤ ਨੇ ਨਾ ਮੇਰਾ ਤੇਨਾ ਫੱਡਾ ਕੱਟਦੇ ਉਹਨਾਂ ਨੇ ਬਹੁਤਾ ਹੀ ਹੁਣ ਠੀਕ ਹੈ ਤੇ ਮੈਂ ਇਹੀ ਸੋਚਾਂਗਾ ਮੈਂ ਕਿਸੇ ਮਰਦ ਨਾਲ ਲੜ ਰਿਹਾ ਕਿਸੇ ਔਰਤ ਨਾਲ ਨਹੀਂ ਲੜ ਰਿਹਾ 24 ਘੰਟੇ 24 ਘੰਟੇ ਬਿਨਾਂ ਹਿਲ ਮੈਂ ਤੈਨੂੰ ਦੱਸ ਰਿਹਾ ਇਸ ਮੈਟਰ ਨੂੰ ਸੌਲਟ ਆਊਟ ਕਰ ਦੇਗੀ ਮੈਂ ਵੀਡੀਓ ਡਿਲੀਟ ਕਰ ਦੇਵਾਂਗਾ ਕੱਲੀ ਬਲੀ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿਆਂਗਾ 24 ਘੰਟੇ ਦੇ ਵਿੱਚ ਤੂੰ ਐਸਾ ਮੈਟਰ ਸੌਲਟ ਨਾ ਕੀਤਾ। ਯਾ ਤੂੰ ਐਫਆਈਐਨ ਨੂੰ ਜਾਂ ਕਿੱਸੇ ਲਗੇ ਕੰਨਾ ਦੱਸੀ ਯਾ ਆਪਣਾ ਅਸਲ ਮੋਬਾਈਲ ਅਸਲ WhatsApp ਐਸਾਰੀ ਡਿਟੇਲ ਨਾ ਦਿੱਤੀ। ਤੇ ਫਿਰ ਤੇਰਾ ਮੇਰਾ ਪੱਡਾ ਸਟਾਰਟ ਹੈ। ਮੈਂ ਤਮਾਮ ਸਬੂਤ ਐਫਆਈਐਨ ਨੂੰ ਵੀ ਸੈਂਡ ਕਰਾਂਗਾ। ਹਰ ਚੀਜ਼ ਸੈਂਡ ਕਰਾਂਗਾ। ਮੈਂ ਤੈਨੂੰ ਛੱਡਾਂਗਾ ਨਹੀਂ। ਇੱਜ਼ਤ ਦਾ ਤੇਰੇ ਤੇ ਮੈਂ ਦਾਵਾ ਵੀ ਕਰਾਂਗਾ। ਮੈਂ ਸਾਰਾ ਕੁਝ ਕਰਾਂਗਾ ਮੈਂ ਕੁਝ ਨਹੀਂ ਛੱਡਾਂਗਾ ਔਰ तमाम ਚੈਨਲਾਂ ਨੂੰ 24 ਘੰਟੇ ਬਾਅਦ ਮੈਂ ਸਬੂਤ ਦੇ ਨਾਲ ਉਹਨਾਂ ਨੂੰ ਹਰ ਛੱਡੇ ਦਿਆਂਗਾ ਸਬੂਤ ਤੇ ਪ੍ਰੂਫ ਦੇ ਨਾਲ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਬਗੈਰਤਰੀਨ ਹੋ ਰहत ਏ ਤੂੰ ਬੇਗੈਰਤਰੀਨ ਮਨਾਹਲ ਮਲਕ ਯਾਦ ਰੱਖੀ ਇੱਕ ਗੱਲ ਮੇਰੀ ਦੁਸ਼ਮਨ ਹੈ ਨਾ ਦੁਸ਼ਮਨ ਤੇ ਦੁਸ਼ਮਨ ਹੁੰਦਾ ਹੈ ਉਨੇ ਖੈਰ ਕੋ ਕੋ ਦਾ ਪਤਾ ਹੈ ਦੁਸ਼ਮਣ ਹੈ ਲੇਕਿਨ ਜਦੋਂ ਦੋਸਤ ਦੁਸ਼ਮਣ ਬਣ ਜਾਵੇ ਨਾ ਤੇ ਯਾਰ ਪਾਰ ਹੋ ਜਾਂਦਾ ਸਾਰਾ ਕੁਝ ਸਮਝ ਆਈ ਗੱਲ ਦੀ ਆਰ ਪਾਰ ਬਸ ਤੇ ਨੂੰ ਇਨਾ ਹੀ ਪੇਗਾਮ ਹੈ 24 ਘੰਟੇ ਟਾਈਮ ਨੋਟ ਕਰ ਲੈ ਇਹ ਵੀਡੀਓ ਜਿਸ ਟਾਈਮ ਅਪਲੋਡ ਹੋਣੀ ਟਾਈਮ ਨੋਟ ਕਰ ਲੈ ਤੇ 24 ਘੰਟੇ ਬਾਅਦ ਜੋ ਵੀ ਘਟੇ ਵਿੱਚ ਮੈਟਰ ਸੌਲਟ ਹੋਣਾ ਕੀਤਾ ਬਸ ਫਿਰ ਅਰਸ਼ਾਏ ਮੈਂ ਪੇਸ਼ ਕਰ ਦਿਆਂਗਾ ਮੈਂ ਸਬੂਤ ਦੇ ਨਾਲ ਪ੍ਰੂਫ ਦੇ ਨਾਲ ਦੇ ਦਿਆਂਗਾ ਮੈਂ ਮੈਂ ਆਪਣਾ ਮੋਬਾਈਲ ਅਸਲ ਮੋਬਾਈਲ ਆਪਣਾ ਅਸਲ WhatsApp ਦਾ ਮੰਗਾ ਸਭ ਪਤਾ ਚੱਲ ਜਾਏਗਾ ਕਿਨੇ ਵਾਇਰਲ ਕੀਤਾ ਹੈ ਕੀ ਹੋਇਆ ਹੈ ਕਿਸ ਤਰ੍ਹਾਂ ਆਇਆ ਹੈ ਸਭ ਪਤਾ ਚੱਲ ਜਾਏਗਾ ਠੀਕ ਹੈ ਤੇ ਇਸ ਕਰਕੇ ਇਤਨੀ ਮੈਂ ਦੱਸ ਰਿਹਾ ਮਲਕ ਸਾਹਿਬ ਜਿਹੜੀ ਗੱਲ ਸਮਝਾ ਰਿਹਾ ਇਹਨੂੰ ਪੱਲੇ ਬੰਨ੍ਹ 24 ਘੰਟੇ 24 ਘੰਟੇ ਇਹ ਆਖਰੀ ਟਾਈਮ ਹੈ ਤੇਰਾ चौबी घंटे मैटर मेट, सॉल्ट आउट कर नहीं तो सच्चाई पेश कर हर शायद सामने सच लिया पता चल जाएगा अभी। ओके हरबे हरबे इस्तेमाल कर रही कड़ी होने मेरे ते। इंशाल्लाह पूरी फाइट कराँगा तेरे नाल, कोई गल नहीं अच्छी चौबी घंटे ओके अल्लाह बेहतर करेगा और गाइस, मेहरबानी यार सॉरी गुस्से में और जो मेरे साथ हुआ है उसके लिए कताकलामियाँ तो चलती रहती हैं लेकिन खैर सॉरी, ये पैगाम या वीडियो आपके लिए बिल्कुल नहीं है मुझे पता है, आप लोगों ने मैसेज में ये वो सजे खबर जो भी लिखना है कोई बात नहीं ऐसी ये पैगाम सिर्फ मैडम मिनाहल मलक फीमेल शीमेल जड़े भी ला लो तुम्हें इनके लिए ठीक है लेकिन मेहरबानी प्लीज़ आपके लिए नहीं है तो उसके लिए मज़रत ਮੈਨਾਂ ਮਲਕ 24 ਘੰਟੇ ਮੈਂ ਵੇਟ ਕਰਾਂਗਾ ਇੱਜ਼ਤ ਨਾਲ ਇਸ ਮੈਟਰ ਨੂੰ ਸ਼ਾਰਟਕਟ ਕਰ ਖਤਮ ਕਰ ਵਾਪਸ ਇਹ ਮਾਮਲਾ ਤਾਂ ਆਪਣੀ ਜ਼ਿੰਦਗੀ ਚ ਆਉਣੀ ਹੈ ਲੇਕਿਨ ਇਹਦਾ ਐ ਵੀ ਮਤਲਬ ਨਹੀਂ ਕਿ ਵਾਪਸ ਕੁਝ ਸੁਲੂ ਹੋ ਜਾਏਗੀ ਜਾਂ ਤੂੰ ਮੈਨੂੰ ਕਹਿੰਗੀ ਆ ਜਾਓ ਆ ਜਾਓ ਨਹੀਂ ਨਹੀਂ ਐਸ ਤਰ੍ਹਾਂ ਕੋਈ ਸੀਨ ਨਹੀਂ ਹੋਣਾ ਖੱਲੀ ਖੱਲੀ ਬਲੀ ਖਤਮ ਖਤਮ ਬਸ 24 ਘੰਟੇ ਅਸਲ ਹਕੀਕਤ ਜਾਂ ਤੇ ਐਫਆਈਏ ਨੂੰ ਪਹੁੰਚਾ ਦੇ ਅਗਰ ਅਸਲ ਹਕੀਕਤ ਨਹੀਂ ਪਹੁੰਚਾ ਸਕਦੀ ਤੇਰੀ ਇੰਨੀ ਨਹੀਂ ਹੈ ਕਿਉਂਕਿ ਤੇਨੂੰ ਤਾਂ ਪੂਰੀ ਗੱਲ ਦਾ ਪਤਾ ਹੈ ਤੇ ਫਿਰ ਇਸ ਗੱਲ ਨੂੰ ਮੈਟਰ ਨੂੰ ਮੁਕਾ ਖੱਲੀ ਬੱਲੀ ਕਰ ਠੀਕ ਹੈ ਓਕੇ ਅੱਲਾ ਹਾਫਿਜ਼